एक तो श्री नवजोत सिंह सिद्धू जी ट्विटर अकाउंट के उत्ते शब्दावली जी वरत रहे ने वो कोर्ट की गरिमा को खराब कर रही है। ਤੁਸੀਂ ਕੀ ਕਿਸ ਚੀਜ਼ ਨੂੰ ਆਧਾਰ ਬਣਾਇਆ ਜਿਸ ਤਰ੍ਹਾਂ ਨੂੰ ਲੈ ਕੇ ਤੁਸੀਂ ਆਧਾਰ ਬਣਾਇਆ ਵੀ ਉਹਨੇ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਾਂ ਕਿਸ ਚੀਜ਼ ਨੂੰ ਲੈ ਕੇ ਤੁਸੀਂ ਇਹਦੇ ਇਲਜ਼ਾਮ ਲੈਂਦੇ ਕਿਸ ਤਰ੍ਹਾਂ ਦੇ ਕੰਟੈਕਟ ਆਏ ਉਹਦੇ ਬਾਰੇ ਵੀ ਡਿਟੇਲ ਦੱਸੋ ਜੀ। ਪੁਲਿਸ ਨੇ ਰਿਕਾਰਡ ਕੀਤੇ ਨੇ ਉਹਨਾਂ ਦੇ ਕੁਝ 9 ਲੱਖ 9.5 ਲੱਖ ਦੇ ਤਰੀਬ ਫੋਲੋਅਰਸ ਨੇ ਟਵਿੱਟਰ ਦੇ ਉੱਤੇ ਉਹਦੇ ਵਿੱਚ ਉਹ ਇੱਕ ਮੈਸੇਜ ਦੇ ਰਹੇ ਨੇ ਥੱਲੇ ਐਂਡ ਜਿਹੜੇ ਕਈ ਉਹਨਾਂ ਦੇ ਸਮਰਥਕ ਨੇ ਉਹ ਥੱਲੇ ਹਾਈ ਕੋਰਟ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ। ਮੈਂ ਆਪਣੀ ਡਿਊਟੀ ਸਮਝਦਾ ਕਿ ਮੈਂ ਵਿਹਲਾ ਬੈਠਾ ਦੇਖੀ ਜਾਵਾਂ ਟੀ ਵੀ ਦੇ ਉੱਤੇ ਕਿ ਜੀ ਆਹ ਟਵੀਟ ਕਰਦਾ ਮੈਨੂੰ ਇਹ ਲੱਗਿਆ ਕਿ ਮੈਨੂੰ ਇਸ ਚੀਜ਼ ਦੇ ਉੱਤੇ ਪਟੀਸ਼ਨ ਫਾਈਲ ਕਰਨੀ ਚਾਹੀਦੀ ਹੈ। ਅਗਰ ਸਾਡੀ ਕੋਰਟ ਦੀ ਸਾਡੇ ਮਾਣਯੋਗ ਇਸ ਇੰਸਟੀਟਿਊਸ਼ਨ ਦੀ ਕੋਈ ਟਾਰਨਿਸ਼ ਕਰਨਾ ਚਾਹੁੰਦਾ ਇਮੇਜ ਅਸੀਂ ਉਹਨੂੰ ਅਲਾਓ ਨਹੀਂ ਕਰ ਸਕਦੇ। ਇਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਕਿਸ ਚੀਜ਼ ਨੂੰ ਮੇਨ ਟਵੀਟ ਕਿਹੜਾ ਟਵੀਟ ਆਉਂਦਾ ਜਿਸ ਨੂੰ ਆਧਾਰ ਬਣਾ ਕੇ ਤੁਸੀਂ ਇਹ ਤੁਹਾਡਾ ਇਹ ਮੂਡ ਮਨ ਬਣਿਆ ਤਾਂ ਤੁਹਾਨੂੰ ਕਿਸੇ ਕੋਈ ਆਈ ਗੱਲ ਕਿਸ ਦਾ ਸਾਹਮਣੇ ਆਈ ਤੁਹਾਡੇ ਕੋਲ ਇਹ ਕਲੀਅਰ ਕਰੋ ਸਾਡੇ ਪਾਠਕਾਂ ਨੂੰ ਵੀ ਕਿਸ ਚੀਜ਼ ਨੂੰ ਆਧਾਰ ਬਣਾਇਆ ਤੁਸੀਂ। ਉਹਨਾਂ ਦੀ ਜੁਰਿਸਡਿਕਸ਼ਨ ਬਿਲਕੁਲ ਵੈਲਿਡ ਹੈ ਉਹਨਾਂ ਦੀ ਜੁਰਿਸਡਿਕਸ਼ਨ ਹੈਗੀ ਸੀ ਦਿਸ ਇਜ਼ ਦਾ ਰੀਜ਼ਨ ਅਸੀਂ ਉਹਨਾਂ ਦੇ ਪੋਲੀ ਐਪਲੀਕੇਸ਼ਨ ਫਾਈਲ ਕੀਤੀ। ਜਿਹੜੀ ਤੁਸੀਂ ਟਵੀਟ ਦੀ ਅਕਾਊਂਟ ਦੀ ਗੱਲ ਕਰਦੇ ਹੋ ਤਾਂ ਇਹਦੇ ਵਿੱਚ ਇਹਨਾਂ ਨੇ ਇਹੋ ਜਿਹੇ ਟਵੀਟ ਹੈਗੇ ਨੇ ਚਲੋ ਇਹ ਵੀ ਦੇਖ ਲੈਂਦੇ ਹਾਂ ਸੁਮੇਧ ਸੈਣੀ ਦਾ ਤਾਂ ਕੁਝ ਨਹੀਂ ਵਿਗੜਿਆ ਕੋਰਟ ਆਰ ਇਨਫਲੂਐਂਸਡ ਬਾਈ ਮੋਦੀ ਗਵਰਨਮੈਂਟ ਡੋਂਟ ਐਕਸਪੈਕਟ ਐਨੀ ਗੁੱਡ। ਦੇਖੋ ਕਾਂਗਰਸੀ ਨੇਤਾ ਅਤੇ ਸਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਮਾਣਯੋਗ ਐਡਵੋਕੇਟ ਜਨਰਲ ਹਰਿਆਣਾ ਦੇ ਕੋਲ। ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਜੀ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਪਟੀਸ਼ਨ ਪਾਈ ਗਈ ਹੈ ਉਹਨਾਂ ਤੁਸੀਂ ਜਾਣਨਾ ਚਾਹਾਂਗੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿਹੜੀ ਪਟੀਸ਼ਨ ਪਾਈ ਹੈ ਕਦੋਂ ਪਾਈ ਹੈ? ਸਤਿ ਸ਼੍ਰੀ ਅਕਾਲ ਜੀ ਸਰ ਇਹ ਸਾਡੀ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਹੈ ਮਾਣਯੋਗ ਐਡਵੋਕੇਟ ਜਨਰਲ ਹਰਿਆਣਾ ਕੋਲ। ਉਹਨਾਂ ਨੇ ਇਸ ਚੀਜ਼ ਦੇ ਵਿੱਚ ਨੋਟਿਸ ਲੈਂਦੇ ਆ ਇਸ ਕੇਸ ਨੂੰ ਉਹਨਾਂ ਨੇ ਪ੍ਰੀਲਿਮਨਰੀ ਹੀਅਰਿੰਗ 'ਤੇ ਕੱਲ੍ਹ ਦੀ ਡੇਟ ਪਾਈ ਹੈ ਸਵੇਰੇ 11 ਵਜੇ ਦਾ ਸਮਾਂ ਰੱਖਿਆ। ਇਹਦੇ ਫੈਕਟਸ ਤੁਹਾਨੂੰ ਇਹਦੇ ਕੁਝ ਦੱਸ ਦਿੰਦਾ ਕਿ 3 ਪੁਆਇੰਟ ਸੀਗੇ ਜਿਹਦੇ ਕਰਕੇ ਪਟੀਸ਼ਨ ਫਾਈਲ ਕੀਤੀ ਹੈ ਕਿ ਇੱਕ ਤਾਂ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਟਵਿੱਟਰ ਅਕਾਊਂਟ ਦੇ ਉੱਤੇ ਸ਼ਬਦਾਵਲੀ ਜਿਹੜੀ ਵਰਤ ਰਹੇ ਨੇ ਉਹ ਕੋਰਟ ਦੀ ਗਰੀਮਾ ਨੂੰ ਖਰਾਬ ਕਰ ਰਹੀ ਹੈ ਡਿਗਨਿਟੀ ਨੂੰ ਖਰਾਬ ਕਰ ਰਹੀ ਹੈ ਸਾਡੇ ਐਡਵੋਕੇਸੀ ਦੇ ਪ੍ਰੋਫੈਸ਼ਨ ਨੂੰ ਖਰਾਬ ਕਰ ਰਹੀ ਹੈ। ਬਾਰ ਐਂਡ ਬੈਂਚ ਦਾ ਬਹੁਤ ਕਲੋਜ਼ ਰਿਲੇਸ਼ਨਸ਼ਿਪ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ ਨੂੰ ਮੇਨਟੇਨ ਕਰਨ ਵਾਸਤੇ ਪ੍ਰੋਟੈਕਟ ਕਰਨ ਵਾਸਤੇ ਇਹ ਪਟੀਸ਼ਨ ਫਾਈਲ ਕੀਤੀ ਹੈ। ਸੈਕਿੰਡ ਥਿੰਗ ਇੱਕ ਰਿਪੋਰਟ ਹੈ ਸੀਲ ਕਵਰ ਦੇ ਵਿੱਚ ਹੈ ਆਈ ਡੋਂਟ ਨੋ ਕਿ ਪੁਲਿਸ ਦੀ ਕੀ ਕਾਰਗੁਜ਼ਾਰੀ ਹੋਏਗੀ ਉਹਦੇ ਵਿੱਚ ਪੁਲਿਸ ਨੇ ਕੀ ਇਨਵੈਸਟੀਗੇਸ਼ਨ ਕੀਤੀ ਹੋਏਗੀ। ਜਿਹੜੀ ਰਿਪੋਰਟ ਸੀਲ ਕਵਰ ਦੇ ਵਿੱਚ ਹੈ ਤਾਂ ਨਵਜੋਤ ਸਿੰਘ ਸਿੱਧੂ ਜੀ ਕੋਲ ਕਿੱਦਾਂ ਆ ਗਈ ਉਹਨਾਂ ਕੋਲ ਉਹ ਕਿੱਦਾਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਵੀ ਚੀਜ਼ ਇੱਕ ਸ਼ੱਕ ਦਾ ਘੇਰੇ 'ਚ ਖੜਾ ਕਰਦੀ ਹੈ ਕਿ ਕੀ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਹੁਣ ਤੱਕ ਮਾਣਯੋਗ ਅਦਾਲਤ ਨੇ ਉਹ ਸੀਲ ਕਵਰ ਦੇ ਵਿੱਚ ਹੀ ਰੱਖੀ ਹੋਈ ਹੈ। ਭਾਵੇਂ ਤੁਸੀਂ ਕੀ ਕਿਸ ਚੀਜ਼ ਨੂੰ ਆਧਾਰ ਬਣਾਇਆ ਜਿਸ ਤਰ੍ਹਾਂ ਨੂੰ ਲੈ ਕੇ ਤੁਸੀਂ ਆਧਾਰ ਬਣਾਇਆ ਵੀ ਉਹਨੇ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਾਂ ਕਿਸ ਚੀਜ਼ ਨੂੰ ਲੈ ਕੇ ਤੁਸੀਂ ਇਹਦੇ ਇਲਜ਼ਾਮ ਲੈਂਦੇ ਕਿਸ ਤਰ੍ਹਾਂ ਦੇ ਕੰਟੈਂਪਟ ਹੈ ਉਹਦੇ ਬਾਰੇ ਵੀ ਡਿਟੇਲ ਦੱਸੋ ਜੀ। ਜਿਹੜੀ ਕੰਟੈਂਪਟ ਪਟੀਸ਼ਨ ਹੈ ਉਹਦੇ ਵਿੱਚ ਅਸੀਂ ਪਲੇਸ ਔਨ ਰਿਕਾਰਡ ਕੀਤੇ ਨੇ ਉਹਨਾਂ ਦੇ ਟਵਿੱਟਰ ਅਕਾਊਂਟਸ ਦੀਆਂ ਸਕਰੀਨਸ਼ਾਟਸ ਪਲੇਸ ਔਨ ਰਿਕਾਰਡ ਕੀਤੇ ਨੇ ਉਹਨਾਂ ਦੇ ਕੁਝ 9 ਲੱਖ 9.5 ਲੱਖ ਦੇ ਤਰੀਬ ਫੋਲੋਅਰਸ ਨੇ ਟਵਿੱਟਰ ਦੇ ਉੱਤੇ ਉਹਦੇ ਵਿੱਚ ਉਹ ਇੱਕ ਮੈਸੇਜ ਦੇ ਰਹੇ ਨੇ ਥੱਲੇ ਐਂਡ ਜਿਹੜੇ ਕਈ ਉਹਨਾਂ ਦੇ ਸਮਰਥਕ ਨੇ ਉਹ ਥੱਲੇ ਹਾਈ ਕੋਰਟ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਸਮਾਜ ਹੈ ਸਾਡਾ ਸਾਡੀ ਸੁਸਾਇਟੀ ਹੈ ਇਹ ਕੁਝ ਪਿਲਰਸ ਦੇ ਉੱਤੇ ਖੜੀ ਹੈ ਉਹਦੇ ਵਿੱਚ ਇੱਕ ਸਾਡਾ ਸੰਵਿਧਾਨ ਹੈ ਉਹ ਵੀ ਇੱਕ ਪਿਲਰ ਹੈ। ਕੌਨਸਟੀਟਿਊਸ਼ਨਲ ਪੋਸਟ 'ਤੇ ਬੈਠੇ ਹੋਏ ਓਨੇਬਲ ਜੱਜਿਸ ਸਾਡੇ ਉਸ ਪੋਜੀਸ਼ਨ 'ਚ ਨਹੀਂ ਹੁੰਦੇ ਕਿ ਉਹ ਐਲੀਗੇਸ਼ਨ ਉਹ ਟਵਿੱਟਰ ਦੇ ਉੱਤੇ ਜਵਾਬ ਦੇਣ ਉਹਨਾਂ ਦੇ ਕਿਸੇ ਐਲੀਗੇਸ਼ਨ ਦਾ ਉਹ ਇਸ ਪੋਜੀਸ਼ਨ 'ਚ ਨਹੀਂ ਹੁੰਦੇ ਪਰ ਐਜ਼ ਬੀਂਗ ਦਾ ਮੈਂਬਰ ਆਫ ਦਿਸ ਸਿਸਟੀਮਡ ਬਾਰ ਅਤੇ ਐਜ਼ ਬੀਂਗ ਦਾ ਆਫਿਸ ਬੇਅਰਰ ਆਫ ਦਿਸ ਸਿਸਟੀਮਡ ਬਾਰ ਐਸੋਸੀਏਸ਼ਨ ਮੈਂ ਆਪਣੀ ਡਿਊਟੀ ਸਮਝਦਾ ਕਿ ਮੈਂ ਵਿਹਲਾ ਬੈਠਾ ਦੇਖੀ ਜਾਵਾਂ ਟੀ ਵੀ ਦੇ ਉੱਤੇ ਕਿ ਜੀ ਆਹ ਟਵੀਟ ਕਰਦਾ ਮੈਨੂੰ ਇਹ ਲੱਗਿਆ ਕਿ ਮੈਨੂੰ ਇਸ ਚੀਜ਼ ਦੇ ਉੱਤੇ ਪਟੀਸ਼ਨ ਫਾਈਲ ਕਰਨੀ ਚਾਹੀਦੀ ਹੈ। ਅਗਰ ਸਾਡੀ ਕੋਰਟ ਦੀ ਸਾਡੇ ਮਾਣਯੋਗ ਇਸ ਇੰਸਟੀਟਿਊਸ਼ਨ ਦੀ ਕੋਈ ਟਾਰਨਿਸ਼ ਕਰਨਾ ਚਾਹੁੰਦਾ ਇਮੇਜ ਅਸੀਂ ਉਹਨੂੰ ਅਲਾਓ ਨਹੀਂ ਕਰ ਸਕਦੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਕਿਸ ਚੀਜ਼ ਨੂੰ ਮੇਨ ਟਵੀਟ ਕਿਹੜਾ ਟਵੀਟ ਆਉਂਦਾ ਜਿਸ ਨੂੰ ਆਧਾਰ ਬਣਾ ਕੇ ਤੁਸੀਂ ਇਹ ਤੁਹਾਡਾ ਇਹ ਮੂਡ ਮਨ ਬਣਿਆ ਤਾਂ ਤੁਹਾਨੂੰ ਕਿਸੇ ਕੋਈ ਆਈ ਗੱਲ ਕਿਸ ਤਰ੍ਹਾਂ ਸਾਹਮਣੇ ਆਈ ਤੁਹਾਡੇ ਕੋਲ ਇਹ ਕਲੀਅਰ ਕਰੋ ਸਾਡੇ ਪਾਠਕਾਂ ਨੂੰ ਵੀ ਕਿਸ ਚੀਜ਼ ਨੂੰ ਆਧਾਰ ਬਣਾਇਆ ਤੁਸੀਂ ਕਿਸ ਟਵੀਟ ਨੂੰ ਕਿਉਂਕਿ ਉਹਦਾ ਟਵੀਟ ਤਾਂ ਸਿੱਧੂ ਸਾਹਿਬ ਜੀ 9 ਲੱਖ ਉਹਦੇ ਫਾਲੋਅਰਸ ਅਕਰੋਸ ਇੰਡੀਆ ਹਨ ਅਤੇ ਇਹਦੇ ਪੰਜਾਬ ਦੀ ਗੱਲ ਤੁਸੀਂ ਐਡਵੋਕੇਟ ਜਨਰਲ ਹਰਿਆਣਾ ਕੋਲ ਕੀਤੀ ਹੈ ਹਨਾ ਪਟੀਸ਼ਨ ਦਾ ਅਤੇ ਉਹ ਦੱਸੋ ਵੀ ਪੰਜਾਬ ਇਹਦੇ ਨਾਲ ਕਿਸ ਤਰ੍ਹਾਂ ਲਿੰਕ ਹੋਏਗਾ ਪੰਜਾਬ ਦੇ ਐਡਵੋਕੇਟ ਜਨਰਲ ਦਾ? ਸਰ ਪਹਿਲੀ ਗੱਲ ਤਾਂ ਇਹ ਕਿ ਐਡਵੋਕੇਟ ਜਨਰਲ ਪੰਜਾਬ ਜਿਹੜਾ ਆਫਿਸ ਹੈ ਉਹ ਪੋਸਟ ਵੇਕੈਂਟ ਹੈ ਇਸ ਟਾਈਮ ਉੱਥੇ ਕੋਈ ਵੀ ਏ ਜੀ ਪੰਜਾਬ ਨਹੀਂ ਹੈਗੇ ਇਸ ਟਾਈਮ ਅਤੇ ਸੈਕਿੰਡ ਥਿੰਗ ਏ ਜੀ ਹਰਿਆਣਾ ਜਿਹੜੇ ਹੈਗੇ ਨੇ ਉਹ ਮਾਈ ਲਾਰਡ ਜਸਟਿਸ ਜਿਹੜੇ ਬੈਂਚ ਸੀਗਾ ਓਨੇਬਲ ਬੈਂਚ ਸੀਗਾ ਉਹਨਾਂ ਦੇ ਵੱਲੋਂ ਪਾਰਟੀ ਬਣਾਇਆ ਗਿਆ ਸੀ ਸਟੇਟ ਆਫ ਹਰਿਆਣਾ ਨੂੰ। ਦੂਸਰੀ ਗੱਲ ਜਿਹੜੀ ਇਹ ਤੁਸੀਂ ਜਿੱਥੇ ਖੜ੍ਹੇ ਹਾਂ ਆਪਾਂ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਚੰਡੀਗੜ੍ਹ ਦੋ ਸਟੇਟਸ ਇੱਕ ਯੂਟੀ
ਉਹਨਾਂ ਦੀ ਜੁਰਿਸਡਿਕਸ਼ਨ ਬਿਲਕੁਲ ਵੈਲਿਡ ਹੈ, ਉਹਨਾਂ ਦੀ ਜੁਰਿਸਡਿਕਸ਼ਨ ਹੈਗੀ ਸੀ, ਦਿਸ ਇਜ਼ ਦਾ ਰੀਜ਼ਨ ਅਸੀਂ ਉਹਨਾਂ ਦੇ ਕੋਲ ਹੀ ਐਪਲੀਕੇਸ਼ਨ ਫਾਈਲ ਕੀਤੀ। ਅਤੇ ਜਿਹੜੀ ਤੁਸੀਂ ਟਵੀਟ ਦੀ ਅਕਾਊਂਟ ਦੀ ਗੱਲ ਕਰਦੇ ਹੋ ਤਾਂ ਇਹਦੇ ਵਿੱਚ ਇਹਨਾਂ ਨੇ ਇਹੋ ਜਿਹੇ ਟਵੀਟ ਹੈਗੇ ਨੇ, ਚਲੋ ਇਹ ਵੀ ਦੇਖ ਲੈਂਦੇ ਹਾਂ, ਸੁਮੇਧ ਸੈਣੀ ਦਾ ਤਾਂ ਕੁਝ ਨਹੀਂ ਵਿਗੜਿਆ, ਕੋਰਟ ਆਰ ਇਨਫਲੂਐਂਸਡ ਬਾਏ ਮੋਦੀ ਗਵਰਨਮੈਂਟ, ਡੋਂਟ ਐਕਸਪੈਕਟ ਐਨੀ ਗੁੱਡ। ਦੇਖੋ ਇਹ ਹੁਣ ਉਹਨਾਂ ਦੇ ਟਵੀਟਰ ਨੇ, ਸਮਰਥਕ ਨੇ ਜਿਹੜੇ ਉਹਨਾਂ ਦੇ ਮੈਸੇਜ ਦਾ ਰਿਪਲਾਈ ਕਰ ਰਹੇ ਨੇ। ਤੁਸੀਂ ਇਹ ਸੋਚੋ ਕਿ ਇੱਕ ਇੰਸਟੀਟਿਊਸ਼ਨ ਹੈ, ਅੱਜ ਦੀ ਡੇਟ ਦੇ ਵਿੱਚ ਵੀ ਅਗਰ ਐਡਮਿਨਿਸਟ੍ਰੇਸ਼ਨ ਪੁਲਿਸ ਡਿਪਾਰਟਮੈਂਟ ਨਹੀਂ ਸੁਣਦਾ ਤਾਂ ਹਰ ਬੰਦਾ ਇਹ ਕਹਿੰਦਾ ਕਿ ਮੈਂ ਹਾਈ ਕੋਰਟ ਰਿਟ ਪਾਊਂਗਾ, ਮੈਂ ਰਿਟ 'ਚ ਜਾਊਂਗਾ, ਮੈਂ ਡਾਇਰੈਕਸ਼ਨ ਲੈ ਲਊਂਗਾ, ਮੈਂ ਕੋਈ ਵੀ ਰਿਲੀਫ ਲੈਣੀ ਹੋਏਗੀ ਮੈਂ ਲੈ ਲਊਂਗਾ। ਬਟ ਇੱਥੇ ਕੀ ਹੋ ਰਿਹਾ ਹੁਣ ਅੱਜ ਦੀ ਡੇਟ ਦੇ ਵਿੱਚ ਕਿ ਲੋਕਾਂ ਦੇ ਦਿਲ ਦੇ ਵਿੱਚੋਂ ਹਾਈ ਕੋਰਟ ਪ੍ਰਤੀ ਜੋ ਰਿਸਪੈਕਟ ਹੋਣੀ ਚਾਹੀਦੀ ਹੈ, ਹਾਈ ਕੋਰਟ ਦੇ ਇਹ ਉਹਨੂੰ ਢਾਲ ਆ ਰਹੇ ਨੇ, ਟਾਰਨਿਸ਼ ਕਰ ਰਹੇ ਨੇ, ਜਿਹੜੀ ਚੀਜ਼ ਮੇਰੀ ਬਰਦਾਸ਼ਤ ਤੋਂ ਬਾਹਰ ਹੈ। ਅਤੇ ਦਿਸ ਇਜ਼ ਦਾ ਰੀਜ਼ਨ, ਦਿਸ ਇਜ਼ ਦਾ ਪ੍ਰੋਸੀਜਰ। ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ, ਤੁਹਾਡੇ ਕੋਲ ਪ੍ਰੋਸੀਜਰ ਹੈ, ਤੁਸੀਂ ਪ੍ਰਧਾਨ ਹੋ, ਪਾਰਟੀ ਪ੍ਰਧਾਨ ਹੋ, ਤੁਹਾਡੀ ਸਰਕਾਰ ਹੈ, ਤੁਸੀਂ ਆਪਣੇ ਪ੍ਰੋਸੀਜਰ ਨੂੰ ਫੋਲੋ ਅਪ ਕਰੋ, ਰੈਦਰ ਦੈਨ ਡੂਇੰਗ ਟਵਿੱਟਰ ਗੇਮ। ਨਾ ਮੈਂ ਇਸ ਚੀਜ਼ ਦੇ ਫੇਵਰ 'ਚ ਨਹੀਂ ਹੈਗਾ। ਕ੍ਰਿਮੀਨਲ ਕੰਟੈਂਪਟ ਪਾਈ ਹੈ ਜਾਂ ਸਿੰਪਲ ਹੋ ਜਾਏ, ਇਸ ਕਲੀਅਰ ਕਰ ਦਿਓ ਵੀ ਕ੍ਰਿਮੀਨਲ ਕੰਟੈਂਪਟ ਵਿੱਚ ਕੀ ਸਜ਼ਾ ਦਾ ਪ੍ਰਾਵਧਾਨ ਆ, ਕਿੱਥੋਂ ਇਹ ਪ੍ਰੋਸੈਸ ਸ਼ੁਰੂ ਹੋਏਗਾ, ਜਿਹੜੀ ਕੱਲ੍ਹ 11 ਵਜੇ ਤੁਸੀਂ ਐਡਵੋਕੇਟ ਜਨਰਲ ਨੇ ਸੁਣਵਾਈ ਲਈ ਐਕਸੈਪਟ ਕੀਤੀ ਹੈ ਤੁਹਾਡੀ ਪਟੀਸ਼ਨ, ਉਹ ਕਿਸ ਤਰ੍ਹਾਂ ਸ਼ੁਰੂਆਤ ਹੋ ਕੇ ਕਿਸ ਹੱਦ ਤੱਕ ਜਾਏਗੀ ਜੀ? ਦੇਖੋ ਸਰ, ਇਹ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਹੈ, ਸਿਵਲ ਕੰਟੈਂਪਟ ਨਹੀਂ ਹੈਗੀ, ਇਹ ਕ੍ਰਿਮੀਨਲ ਕੰਟੈਂਪਟ ਪਟੀਸ਼ਨ ਹੈ। ਕ੍ਰਿਮੀਨਲ ਕੰਟੈਂਪਟ ਪਟੀਸ਼ਨ ਦੇ ਵਿੱਚ ਹੁਣ ਇਹ ਕੋਈ ਉਹਨਾਂ ਦੇ ਵਿੱਚ ਤਾਂ ਮੇਰੇ 'ਚ ਫਰਕ ਨਹੀਂ ਰਹਿ ਜੂਗਾ, ਅਗਰ ਮੈਂ ਕਹੂੰਗਾ ਕਿ ਮਾਣਯੋਗ ਅਦਾਲਤ ਇਹ ਸਜ਼ਾ ਦੇ ਦੇਗੀ, ਆਹ ਦੇ ਦੇਗੀ, ਉਹ ਪ੍ਰੈਰੋਗੇਟਿਵ ਮਾਣਯੋਗ ਅਦਾਲਤ ਦਾ ਹੈ, ਉਹ ਮੇਰੀ ਜੁਰਿਸਡਿਕਸ਼ਨ 'ਚੋਂ ਬਾਹਰ ਹੈ ਚੀਜ਼, ਉਹਦੇ 'ਤੇ ਮੈਂ ਕਮੈਂਟ ਨਹੀਂ ਕਰ ਸਕਦਾ। 6 ਮਹੀਨੇ ਦੀ ਸਜ਼ਾ ਕਰਦੇ ਨੇ, 3 ਮਹੀਨੇ ਦੀ ਲਾਉਂਦੇ ਨੇ, ਪੈਨਲਟੀ 50,000 ਦੀ ਲਾਉਂਦੇ ਨੇ, 2-5 ਲੱਖ ਦੀ ਲਾਉਂਦੇ ਨੇ, ਮੈਂ ਨਹੀਂ ਕੁਛ ਕਹਿ ਸਕਦਾ, ਉਹ ਪ੍ਰੈਰੋਗੇਟਿਵ ਜੱਜ ਸਾਹਿਬ ਦਾ। ਸਾਡਾ ਕੰਮ ਹੈ ਜੋ ਪ੍ਰੀਮਾ ਫਸਾਈ ਕੇਸ ਬਣ ਰਿਹਾ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਨਾ। ਕੱਲ੍ਹ AG ਸਾਹਿਬ ਕੋਰਟ ਹੋਲਡ ਕਰਨਗੇ ਇਸ ਚੀਜ਼ ਦੇ ਰਿਗਾਰਡਿੰਗ, ਤਾਂ ਅਸੀਂ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੀਆਂ ਹੈਗੀਆਂ ਅਸੀਂ ਪ੍ਰੋਡਿਊਸ ਕਰਾਂਗੇ ਉਹਨਾਂ ਕੋਲ। ਉਸ ਤੋਂ ਬਾਅਦ AG ਸਾਹਿਬ ਦੇਖਣਗੇ ਕਿ ਪ੍ਰੀਮਾ ਫਸਾਈ ਕੀ ਚੀਜ਼ ਬਣ ਰਹੀ ਹੈ, ਕੇਸ ਬਣ ਰਿਹਾ ਨਹੀਂ ਬਣ ਰਿਹਾ, ਇਟ ਇਜ਼ ਹਿਸ ਪ੍ਰੈਰੋਗੇਟਿਵ। ਇਸ ਤਰ੍ਹਾਂ ਤੁਸੀਂ ਦੱਸਿਆ ਵੀ ਪੰਜਾਬ ਦੇ ਵਿੱਚ, ਪੰਜਾਬ ਹੀ ਨਹੀਂ ਅਕਰੋਸ ਦਾ ਇੰਡੀਆ, ਇਹਨਾਂ ਦੇ ਫਾਲੋਅਰਸ ਹੈਗੇ 9 ਲੱਖ ਤੋਂ ਉੱਪਰ ਨੇ, ਤਾਂ ਉਹਨਾਂ ਦੇ ਵਿੱਚ ਨਿਆਂਪਾਲਿਕਾ ਪ੍ਰਤੀ ਸਤਿਕਾਰ ਘੱਟਦਾ ਜਾਂ ਉਹਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਸ ਤਰ੍ਹਾਂ ਦੇ ਕਿ ਹੋਰ ਫਾਲੋਅਰ ਵੀ ਸਾਹਮਣੇ ਆਉਣਗੇ ਕੱਲ੍ਹ ਤੁਹਾਡੇ ਕੋਲ ਜੋ ਪੇਸ਼ ਹੋਣਗੇ ਵੀ ਹਾਂ ਅਸੀਂ ਪਟੀਸ਼ਨ ਪਾਵਾਂਗੇ, ਜਿਹਨਾਂ ਨੂੰ ਨਿਆਂਪਾਲਿਕਾ 'ਤੇ ਵਿਸ਼ਵਾਸ ਹੈ ਜਾਂ ਵਿਸ਼ਵਾਸ ਰੱਖਦੇ ਨੇ। ਦੇਖੋ ਸਰ, ਹਰ ਚੀਜ਼ ਨਾ ਇੱਕ ਪ੍ਰੋਸੀਜਰ ਦੇ ਮਤਹਿਤ ਚੱਲਦੀ ਹੈ। ਅਗਰ ਕੋਈ ਕਿਸੇ ਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਹੈ, ਕਿਸੇ ਤੋਂ ਗੱਡੀ ਪਾਰਕਿੰਗ ਦੀ ਵੀ ਪ੍ਰੋਬਲਮ ਹੈ, ਉਹਦੇ ਵੀ ਪ੍ਰਾਵਧਾਨ ਨੇ, ਉਹ ਤੁਸੀਂ ਕੰਪਲੇਂਟ, ਪੁਲਿਸ ਕੰਪਲੇਂਟ ਕਰ ਸਕਦੇ ਹੋ, ਕੋਈ ਤੁਹਾਡੀ ਜਗ੍ਹਾ ਦੱਬ ਰਿਹਾ ਤੁਸੀਂ ਐਵਿਕਸ਼ਨ ਪਟੀਸ਼ਨ ਕਰ ਸਕਦੇ ਹੋ, ਕੋਈ ਹਰ ਚੀਜ਼ ਦਾ ਪ੍ਰਾਵਧਾਨ ਬਣਿਆ ਹੋਇਆ। ਪਰ ਜਸਟ ਇਸ ਚੀਜ਼ ਨੂੰ ਆਪਾਂ ਲੈ ਕੇ ਚੱਲੀਏ ਕਿ ਟਵਿੱਟਰ 'ਤੇ ਬੈਠ ਕੇ ਚੀਜ਼ਾਂ ਨਹੀਂ ਹੁੰਦੀਆਂ, ਪ੍ਰੋਸੀਜਰ ਫੋਲੋ ਕਰਕੇ ਤੁਸੀਂ ਕਰੋਗੇ, ਮੇ ਬੀ ਕੁਛ ਰਿਜ਼ਲਟ ਆਊਟ ਆਏਗਾ, ਮੇ ਬੀ ਕਿ ਰਿਜ਼ਲਟ ਆਉਂਦੇ ਨੇ, ਇੱਥੇ ਐਵਿਕਸ਼ਨਾਂ ਵੀ ਹੁੰਦੀਆਂ ਨੇ, ਕਨਵਿਕਸ਼ਨਾਂ ਵੀ ਹੁੰਦੀਆਂ ਨੇ, ਬਰੀ ਵੀ ਹੁੰਦੇ ਨੇ, ਸਭ ਕੁਛ ਹੁੰਦਾ ਇੱਥੇ। ਬਟ ਇਹ ਚੀਜ਼ ਆਪਾਂ ਕਹੀ ਜਾਈਏ ਟਵਿੱਟਰ 'ਤੇ ਕਿ ਮੈਨੂੰ ਉਹਨੇ ਫਲਾਣੇ ਨੇ ਬਰੀ ਕਰਤਾ ਜੀ, ਉਸ ਬੰਦੇ ਨੇ, ਇਹ ਦਿਸ ਇਜ਼ ਨੋਟ ਦਾ ਪ੍ਰੋਸੀਜਰ, ਵੀ ਨੀਡ ਟੂ ਫੋਲੋ ਦਾ ਪ੍ਰੋਸੀਜਰ। ਡਰੱਗ ਮਾਮਲੇ ਦੇ ਵਿੱਚ ਪਟੀਸ਼ਨ ਸਾਰੇ ਜੀ ਬਿਲਕੁਲ ਡਰੱਗ ਮਾਮਲੇ ਦੇ ਵਿੱਚ ਹੈ, ਡਰੱਗ ਮਾਮਲੇ 'ਚ ਪਟੀਸ਼ਨ ਹੈ ਜਿਹੜੀ ਕਿ ਪੈਂਡਿੰਗ ਹੈ ਮਾਨਯੋਗ ਅਦਾਲਤ ਦੇ ਵਿੱਚ, ਦਿਸ ਇਜ਼ ਦਾ ਪ੍ਰੋਬਲਮ ਨਾ। ਇੱਕ ਚੀਜ਼ ਐਡਜੂਡੀਕੇਸ਼ਨ ਵਾਸਤੇ ਹੈਗੀ ਹੈ, ਉਹਦੇ 'ਚ ਨਵਜੋਤ ਸਿੰਘ ਸਿੱਧੂ ਜੀ ਪਾਰਟੀ ਵੀ ਨਹੀਂ ਹੈਗੇ, ਐਂਡ ਪਾਰਟੀ ਵੀ ਤੁਸੀਂ ਜਾਂ ਤਾਂ ਐਪਲੀਕੇਸ਼ਨ ਮੂਵ ਕੀਤੀ ਹੁੰਦੀ ਹੁਣ ਤੱਕ, ਤੁਸੀਂ ਕੋਈ ਐਪਲੀਕੇਸ਼ਨ ਨਹੀਂ ਲਈ, ਹੁਣ ਤੁਸੀਂ ਸਿੱਧਾ ਕਹਿ ਰਹੇ ਹੋ ਜੀ ਮੈਂ ਉਹ, ਮਤਲਬ ਇੱਕਦਮ ਹੀ ਰਾਖਾ ਉਹਨਾਂ ਦਾ ਜ਼ਿਆਦਾ ਜਾ ਗਿਆ, ਐਂਡ ਇਹੀ ਚੀਜ਼ ਦੇ ਕਰਕੇ ਅਸੀਂ ਕੰਡੈਮਡ ਪਾਈਏ ਕਿ ਤੁਸੀਂ ਉਸ 'ਚ ਪਾਰਟੀ ਨਹੀਂ, ਤੁਹਾਡੀ ਕੋਈ ਜੁਰਿਸਡਿਕਸ਼ਨ 'ਚ ਨਹੀਂ ਹੈਗਾ, ਹਾਈ ਕੋਰਟ ਉਸ ਮੈਟਰ ਦੀ ਸੁਣਵਾਈ ਕਰ ਰਹੀ ਹੈ, ਜਾਂ ਤਾਂ ਹਾਈ ਕੋਰਟ ਨੇ ਹੋਏ ਨਾ ਕੋਈ ਕਾਨੂੰਨ ਨੂੰ ਛਿੱਕੇ ਟੰਗ ਕੇ ਕੋਈ ਆਰਡਰ ਪਾਸ ਕੀਤਾ, ਅਸੀਂ ਮੰਨ ਸਕਦੇ ਹਾਂ, ਪਰ ਉਹ ਚੀਜ਼ਾਂ ਟੋਟਲ ਪ੍ਰੋਸੀਜਰ ਨੂੰ ਫੋਲੋ ਕਰਦੇ ਜਾ ਰਹੇ ਨੇ, ਤਾਂ ਆਈ ਡੋਂਟ ਨੋ ਵਾਈ ਦਿਸ ਇਜ਼ ਹੈਪਨਿੰਗ। ਥੈਂਕ ਯੂ ਪਰਮਜੀਤ ਜੀ। ਇਹ ਸਨ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਬਾਜਵਾ, ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੈਂਬਰ ਦੇ ਤੌਰ 'ਤੇ ਇਹਨਾਂ ਨੇ ਪਟੀਸ਼ਨ ਪਾਈ ਹੈ ਐਡਵੋਕੇਟ ਜਨਰਲ ਹਰਿਆਣਾ ਦੇ ਕੋਲ, ਨਵਜੋਤ ਸਿੰਘ ਸਿੱਧੂ ਕਾਂਗਰਸੀ ਨੇਤਾ ਪੰਜਾਬ ਦੇ ਖਿਲਾਫ ਦੇ ਸਾਬਕਾ ਕ੍ਰਿਕਟਰ ਨੇ ਜਿਹੜੇ, ਅਤੇ ਆਉਣ ਵਾਲੇ ਦਿਨਾਂ 'ਚ ਆਪਣੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਲੱਗਦੀਆਂ, ਕਿਉਂਕਿ ਪੰਜਾਬ ਦੇ ਵਿੱਚ ਉਹ ਚਰਨਜੀਤ ਸਿੰਘ ਚੰਨੀ ਹੋਣਾ ਦੇ ਵਾਰ ਵਾਰ ਟਵੀਟ ਕਰਦੇ ਨੇ, ਅਤੇ ਕਦੇ ਪ੍ਰੈਸ ਕਾਨਫਰੰਸ ਕਰਦੇ ਨੇ, ਅਤੇ ਆਉਣ ਵਾਲਾ ਦੇਖਣ ਵਾਲਾ ਸਮਾਂ ਹੋਵੇਗਾ ਕਿ ਹੁਣ ਕਿਸ ਤਰ੍ਹਾਂ ਉਹ ਇਸ ਮਾਮਲੇ ਦਾ ਹੱਲ ਕਰਦੇ। ਕੱਲ੍ਹ 11 ਵਜੇ ਐਡਵੋਕੇਟ ਜਨਰਲ ਕੀ ਇਸ ਮਾਮਲੇ ਦਾ ਫੈਸਲਾ ਦੇ, ਪਟੀਸ਼ਨ ਦਾ ਪੱਖ ਕਿਸ ਤਰ੍ਹਾਂ ਸੁਣਿਆ ਜਾਏਗਾ, ਕਿਸ ਤਰ੍ਹਾਂ ਅੱਗੇ ਚਲੀ ਗੱਲ। ਮੈਂ ਵਿਨੋਦ ਪ੍ਰਕਾਸ਼ ਦੇ ਨਾਲ, ਕੈਮਰਾਮੈਨ ਦੇ ਨਾਲ ਪ੍ਰਦੀਪ ਸਿੰਘ ਹੈਪੀ, ਜਗਵੈਨ TV ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।